Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਤੁਸੀਂ ਵੀ ਇੱਥੇ ਰਹਿਣ ਆ ਗਏ ਹੁਣ? ਘਰ ਜਵਾਈ ਤਾਂ ਸੁਣਿਆ ਸੀ, ਘਰ ਵਿੱਚ ਰਹਿੰਦੇ ਦਾਦੀ ਸਹੁਰਾ ਤੇ ਦਾਦੀ ਸੱਸ ਪਹਿਲੀ ਵਾਰੀ ਵੇਖ ਰਹੀ ਆ। ਨਹੀਂ ਨਹੀਂ ਰੋਮਾ, ਤੂੰ ਐਵੇਂ ਘਬਰਾ ਨਾ, ਅਸੀਂ ਇੱਥੇ ਰਹਿਣ ਲਈ ਥੋੜੇ ਆਏ ਹਾਂ, ਅਸੀਂ ਤਾਂ ਆਪਣੇ ਬੱਚਿਆਂ ਨੂੰ ਵਾਪਸ ਲੈ ਕੇ ਜਾਣ ਲਈ ਆਏ ਹਾਂ। ਅਸੀਂ ਤੇ ਸਗੋਂ ਆਪਣੇ ਪੋਤ ਤੇ ਪੋਤ ਨੂੰ ਘਰ ਲੈਣ ਵਾਸਤੇ ਆਏ ਹਾਂ ਇੱਥੇ। ਬਾਊ ਜੀ ਪਲੀਜ਼, ਤੁਸੀਂ ਹੋਰ ਕੁਛ ਵੀ ਕਹੋ ਬਟ ਉਸ ਘਰ ਦੇ ਵਿੱਚ ਜਾਣ ਲਈ ਨਾ ਕਹੋ। ਕਿਉਂ ਬਈ, ਉਹ ਤੁਹਾਡਾ ਆਪਣਾ ਘਰ ਹੈ। ਜਿੱਥੇ ਚਾਰ ਭਾਂਡੇ ਹੁੰਦੇ ਆ ਖੜਕਦੇ ਹੀ ਹੁੰਦੇ ਨੇ। ਅੱਜ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਘਰਾਂ 'ਚ। ਹੁਣ ਤੁਸੀਂ ਸਭ ਕੁਛ ਛੱਡੋ ਤੇ ਘਰ ਚੱਲੋ। ਇੱਦਾਂ ਕਿੱਦਾਂ ਚੱਲੀਏ ਬੀਜੀ, ਤੁਸੀਂ ਆਪ ਦੱਸੋ ਉਸ ਘਰ ਦੇ ਵਿੱਚ ਰੀਤ ਦੀ ਇਨਸਲਟ ਹੋਈ ਤੇ ਮੈਂ ਕਿੱਦਾਂ ਰਹਿ ਸਕਦਾ ਉਸ ਘਰ ਦੇ ਵਿੱਚ? ਇਨਫੈਕਟ ਮੈਂ ਤਾਂ ਰੀਤ ਨੂੰ ਵੀ ਨਹੀਂ ਰਹਿਣ ਦੇਵਾਂਗਾ ਉੱਥੇ। ਤੈਨੂੰ ਬਲਦੇਵ ਉੱਤੇ ਗੁੱਸਾ ਹੈ ਨਾ, ਮੈਂ ਉਹਦੇ ਵੱਲੋਂ ਤੇਰੇ ਕੋਲੋਂ ਮਾਫੀ ਮੰਗਦਾ। ਬਸ ਤੁਸੀਂ ਦੋਵੇਂ ਘਰ ਚੱਲੋ। ਬਾਊ ਜੀ, ਬਾਊ ਜੀ ਪਲੀਜ਼ ਆ ਨਾ ਕਰੋ। ਵੇਖ ਪੁੱਤਰ, ਮੈਂ ਵੀ ਹੱਥ ਜੋੜਦੀ ਹਾਂ ਤੁਹਾਡੇ ਅੱਗੇ, ਤੁਹਾਡੇ ਬਗੈਰ ਨਾ ਤਾਂ ਨਰੂਲਾ ਸਵੀਟਸ ਦਾ ਕੋਈ ਹਾਲ ਹੈ ਤੇ ਨਾ ਸਾਡੇ ਘਰ ਦਾ। ਨਰੂਲਾ ਸਵੀਟਸ ਲਈ ਤੁਸੀਂ ਇੰਨਾ ਕੁਝ ਕੀਤਾ ਬਾਹਰ ਰਹਿੰਦਿਆਂ ਹੋਇਆਂ ਵੀ, ਤੇ ਜੇ ਅੱਜ ਅਸੀਂ ਤੁਹਾਨੂੰ ਵਾਪਸ ਘਰ ਨਾ ਲੈ ਕੇ ਗਏ ਤਾਂ ਸਾਰੀ ਉਮਰ ਅਸੀਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਣਾ। ਬਸ ਪੀਜੀ, ਕਿੱਦਾਂ ਦੀਆਂ ਗੱਲਾਂ ਕਰੋ ਤੁਸੀਂ, ਨਾਲੇ ਪਲੀਜ਼ ਤੁਸੀਂ ਇੱਦਾਂ ਹੱਥ ਨਾ ਜੋੜੋ। ਦੇਖੋ ਪਲੀਜ਼ ਇੱਦਾਂ ਨਾ ਕਰੋ, ਇਨਫੈਕਟ ਇਹਦੇ ਵਿੱਚ ਤੁਹਾਡੀ ਕੋਈ ਗਲਤੀ ਵੀ ਨਹੀਂ ਹੈਗੀ। ਜਿਸ ਦੀ ਗਲਤੀ ਹੈਗੀ ਉਹ ਤਾਂ ਮਾਫ਼ੀ ਵੀ ਨਹੀਂ ਮੰਗ ਰਹੇ। ਤੇ ਬਾਊ ਜੀ, ਪਾਪਾ ਜੀ ਨੂੰ ਨਾ ਰੀਤ ਤੋਂ ਮਾਫ਼ੀ ਮੰਗਣੀ ਪੈਣੀ ਪੈਣੀ ਪੈਣੀ। ਦਾਦੀ, ਅਸੀਂ ਉਸ ਘਰ ਦੇ ਵਿੱਚ ਜਾਵਾਂਗੇ। ਚੱਲ ਠੀਕ ਹੈ ਪੁੱਤਰ, ਹੁਣ ਮੈਂ ਤੈਨੂੰ ਕੁਝ ਨਹੀਂ ਕਹਿਣਾ, ਪਰ ਇੱਕ ਗੱਲ ਜ਼ਰੂਰ ਦੱਸਣੀ ਹੈ। ਪੁੱਤਰ, ਤੈਨੂੰ ਇਹ ਗੱਲ ਪਤਾ ਹੀ ਨਹੀਂ, ਤੇਰੇ ਬਾਊ ਜੀ ਨੇ ਸਹੁੰ ਖਾਧੀ ਹੈ। ਜਦ ਤੱਕ ਤੁਸੀਂ ਘਰ ਵਾਪਸ ਨਹੀਂ ਜਾਣਾ, ਉਹਨਾਂ ਨੇ ਪਾਣੀ ਦਾ ਘੁੱਟ ਵੀ ਨਹੀਂ ਆਪਣੇ ਅੰਦਰ ਜਾਣ ਦੇਣਾ, ਮੂੰਹ ਜੂਠਾ ਤੱਕ ਨਹੀਂ ਕਰਨਾ ਉਹਨਾਂ ਨੇ। ਬਾਊ ਜੀ, Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।